ਬਠਿੰਡੇ ਵੱਲ ਵੀ ਝਾਤ ਮਾਰ ਲਈਏ, ਕਿਉਂਕਿ ਪੰਜਾਬ ਦੇ ਲੋਕ ਜ਼ਿਆਦਾਤਰ ਜਿਹੜੀਆਂ ਚਾਰ ਸੀਟਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਸੀ, ਪੰਜ ਸੀਟਾਂ ਵੱਲ, ਗੁਰਦਾਸਪੁਰ, ਪਟਿਆਲਾ, ਬਠਿੰਡਾ, ਫਿਰੋਜ਼ਪੁਰ ਅਤੇ ਸੰਗਰੂਰ, ਬਿਲਕੁਲ ਸਾਰੇ ਪੰਜਾਬ ਦਾ ਧਿਆਨ ਇੱਥੇ ਲੱਗਾ ਹੋਇਆ ਸੀ ਇਹਨਾਂ ਸੀਟਾਂ 'ਤੇ, ਕਿਉਂਕਿ ਸਾਰੇ ਹੀ ਦਿੱਗਜ ਲੀਡਰ ਖੁਦ ਮੈਦਾਨ ਵਿੱਚ ਕੁੱਦੇ ਹੋਏ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਪਾਰਟੀਆਂ ਦੀ ਸਾਖ ਬਚਾ ਲਈਏ। ਬਿਲਕੁਲ, ਬਠਿੰਡਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਬੜਿੰਗ ਨੇ ਜੀ ਜੋ ਲਾ ਕੇ ਪ੍ਰਚਾਰ ਕਰ ਦਿੱਤਾ। ਉੱਥੇ ਕੈਪਟਨ ਅਮਰਿੰਦਰ ਸਿੰਘ, ਪ੍ਰਿਅੰਕਾ ਗਾਂਧੀ, ਨਵਜੋਤ ਸਿੱਧੂ, ਹੋਰ ਵੱਡੇ ਵੱਡੇ ਲੀਡਰਾਂ ਨੇ, ਮਨਪ੍ਰੀਤ ਸਿੰਘ ਬਾਦਲ ਉਹਨਾਂ ਦੀ ਪਤਨੀ, ਇਹ ਸਾਰਿਆਂ ਨੇ ਬੜਾ ਜ਼ੋਰ ਲਾਤਾ ਪ੍ਰਚਾਰ ਦੇ ਲਈ। ਅਮਰਿੰਦਰ ਸਿੰਘ ਰਾਜਾ ਆਪਣੀ ਕਾਂਗਰਸ ਦੇ ਉਮੀਦਵਾਰ ਸਨ, ਹਰਸਿਮਰਤ ਕੌਰ ਬਾਦਲ ਜਿਹੜੇ ਕਿ ਅਕਾਲੀ ਦਲ ਤੋਂ ਸਨ, ਸੁਖਪਾਲ ਖਹਿਰਾ PDA ਦੇ ਸਾਂਝੇ ਉਮੀਦਵਾਰ ਸਨ, ਅਤੇ ਪ੍ਰੋਫੈਸਰ ਬਲਜਿੰਦਰ ਕੌਰ, ਇਹਨਾਂ ਨੇ ਵੀ ਆਮ ਆਦਮੀ ਪਾਰਟੀ ਨੇ ਚੁਣ ਕੇ ਉਹਨਾਂ ਨੂੰ ਚੋਣ ਵਿੱਚ ਉਤਾਰਿਆ। ਬਿਲਕੁਲ, ਪਰ ਵੇਖਣ ਨੂੰ ਇਹ ਮਿਲਿਆ ਕਿ ਅੱਜ ਵੀ ਬਠਿੰਡਾ ਦੇ ਲੋਕਾਂ ਦੀ ਪਹਿਲੀ ਪਸੰਦ ਹਰਸਿਮਰਤ ਕੌਰ ਬਾਦਲ ਹੀ ਦਿਖਾਈ ਦੇ ਰਹੇ ਆ। ਸੋ ਬਠਿੰਡਾ ਤੋਂ ਵੀ ਹਰਸਿਮਰਤ ਕੌਰ ਬਾਦਲ ਜਿੱਤਰੇ ਦਿਖਾਈ ਦੇ ਰਹੇ ਆ। ਹੋ ਸਕਦਾ ਸੀ ਜੇਕਰ ਸਿੱਧੋ ਸਿੱਧੀ ਟੱਕਰ ਹੁੰਦੀ, ਕਿਉਂਕਿ ਜਦੋਂ ਬੇਅਦਮੀਆਂ ਹੋਈਆਂ ਇਸ ਬੈਲਟ ਦੇ ਵਿੱਚ ਜ਼ਿਆਦਾ ਜ਼ੋਰ ਸੀ ਲੋਕਾਂ ਵਿੱਚ, ਰੋਸ ਸੀ ਅਕਾਲੀ ਦਲ ਬਾਰੇ, ਪਰ ਇੱਥੇ ਚੁਕਾਉਣੀ ਟੱਕਰ ਦਿਖਾਈ ਦੇ ਰਹੀ ਆ, ਕਿਤੇ ਕਿਤੇ ਦੁਕਾਉਣੀ, ਕਿਤੇ ਤਕਾਉਣੀ, ਪਰ ਇਹ ਚਾਰ ਹੀ ਕੈਂਡੀਡੇਟ, ਬੜੇ ਭਾਰੇ ਕੈਂਡੀਡੇਟ ਉਤਾਰੇ ਗਏ ਸਨ ਆਪੋ ਆਪਣੀਆਂ ਪਾਰਟੀਆਂ ਵੱਲ। ਜਿਹੜੇ ਅਕਾਲੀ ਦਲ ਤੋਂ ਨਾਰਾਜ਼ ਸਨ ਉਹ ਵੋਟ ਕਾਂਗਰਸ ਨੂੰ ਜਾਣੀ ਸੀ, ਪਰ ਸੁਖਪਾਲ ਸਿੰਘ ਖਹਿਰਾ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਖੜਨ ਦੇ ਨਾਲ ਜਿਹੜੀ ਵਿਰੋਧੀ ਵੋਟ ਸੀ ਅਕਾਲੀ ਦਲ ਦੀ, ਉਹ ਸਾਰੀ ਵੋਟ ਸੁਖਪਾਲ ਖਹਿਰਾ ਅਤੇ ਬਲਜਿੰਦਰ ਕੌਰ ਨੂੰ ਪੈ ਗਈ, ਕਿਉਂਕਿ ਇੱਥੇ ਬਿਕਰਮਜੀਤ ਸਿੰਘ ਮਜੀਠੀਆ ਨੇ ਖੁਦ ਕਮਾਨ ਸੰਭਾਲੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ, ਨਰਿੰਦਰ ਮੋਦੀ, ਹੋਰ ਵੱਡੇ ਵੱਡੇ ਜਿਹੜੇ ਕਿ ਸੰਨੀ ਦਿਓਲ ਤੱਕ ਨੂੰ ਵੀ ਇੱਥੇ ਆ ਕੇ ਪ੍ਰਚਾਰ ਕਰਨਾ ਪਿਆ ਸੀ, ਅਤੇ ਉਸਦਾ ਫਾਇਦਾ ਜਿਹੜਾ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ, ਇੱਥੇ ਲੱਗ ਰਿਹਾ ਕਿ ਹਰਸਿਮਰਤ ਕੌਰ ਬਾਦਲ ਜਿੱਤਣਗੇ। ਸੋ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਪੇਪਰ ਭਰੇ ਸਨ, ਉਸ ਵਕਤ ਵੀ ਬਿਆਨ ਦੇ ਰਹੇ ਸਨ ਬਿਕਰਮ ਸਿੰਘ ਮਜੀਠੀਆ ਕਿ ਸੁਖਪਾਲ ਖਹਿਰਾ ਤਾਂ ਭੱਜ ਜਾਣਗੇ, ਸੁਖਪਾਲ ਖਹਿਰਾ ਨੇ ਇੱਥੇ ਤਾਂ ਇਲੈਕਸ਼ਨ ਲੜਨੀ ਨਹੀਂ, ਉਹ ਬਿਆਨ ਦਾ ਮੰਤਵ ਇਹ ਸੀ ਵੀ ਕਿਤੇ ਸੁਖਪਾਲ ਖਹਿਰਾ ਆਪਣੇ ਪੇਪਰ ਨਾ ਪਿੱਛੇ ਲੈਣ, ਕਿਤੇ ਲੜਾਈ ਤੋਂ ਬਾਹਰ ਨਾ ਹੋ ਜਾਣ। ਸੋ ਇਹ ਕਿਤੇ ਨਾ ਕਿਤੇ ਜਿਹੜਾ ਇਹ ਸੁਖਪਾਲ ਖਹਿਰਾ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਵੋਟ ਵੱਧ ਲਿਜਾਣ ਦੇ ਨਾਲ ਹਰਸਿਮਰਤ ਕੌਰ ਬਾਦਲ ਨੂੰ ਜਿੱਤ ਦਿਖਾਈ ਦੇ ਰਹੀ ਹੈ।